ਕਦੀ ਆਂਦਾ ਮੈਂ ਇੱਥੇ ਆ, ਕਦੀ ਆਂਦਾ ਮੈਂ ਇੱਥੇ ਆ। ਪਹਿਲਾਂ ਤੇ ਕੁੜੀਆਂ ਕੋਲ ਪਿਸਟਿਕਾਂ ਪੁਸਟਿਕਾਂ ਲਾਉਂਦਾ, ਫਿਰ ਉਹਨਾਂ ਨੂੰ ਲਾਉਂਦਾ। ਆਪਣੇ ਨਾਲ ਇੱਕ ਹੋ ਗਈ ਕਲੋਲ, ਬਾਲੀ ਤਗੜੀ ਹੋ ਗਈ ਹੁਣ। ਭਾਜੀ ਆਂਦੇ ਹਨ ਰਘੂ ਨੂੰ ਨਾਲ ਲੈ ਕੇ ਆਈ, ਓਵੇਂ ਗੱਡੀ ਨੀ ਦੇਣੀ ਮੈਂ। ਤੇ ਇੱਕ ਹੋਰ ਬੜੀ ਵੱਡੀ ਖੁਸ਼ਖਬਰੀ ਦੀ ਗੱਲ ਹੈ, ਮੈਂ ਤਾਂ ਕਾਇਮ ਹੀ ਰਹਿਣਾ, ਤੁਹਾਨੂੰ ਪਤਾ ਹੀ ਹੈ ਜਿਹੜੇ ਤੂੰ ਕੋਟ ਮੈਰਿਜ ਵਾਲੇ ਕੱਪੜੇ ਪਾਏ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੋ ਵੈਲਕਮ ਹੈ ਸਾਰਿਆਂ ਦਾ ਆਪਣਾ ਪਾਰਟ 2 ਦੇ ਵਿੱਚ। ਜਿਵੇਂ ਕਿ ਤੁਸੀਂ ਪਾਰਟ 1 ਵੇਖਿਆ ਸੀ, ਆਪਾਂ ਕਰੂ ਛੱਡ ਕੇ ਆਏ ਹਾਂ, ਅਤੇ ਉਹਦੇ ਵਿੱਚ ਮਤਲਬ ਹਜੇ ਇੰਨਾ ਵਿਖਾਣੀ ਹਾਂ ਸਾਏ, ਉਹ ਦਿਨ ਭਾਜੀ ਵੀ ਨਹੀਂ ਹਨ ਹੈਗੇ ਉੱਥੇ, ਜਿਵੇਂ ਆਪਾਂ ਕਿਹਾ ਵੀ ਭਾਜੀ ਨਾਲ ਵੀ ਗੱਲ ਗੁੱਲ ਕਰਾਵਾਂਗੇ। ਅਤੇ ਹੁਣ ਭਾਜੀ ਦਾ ਆ ਗਿਆ ਅੱਜ ਫੋਨ, ਅਤੇ ਅੱਜ ਕਿੰਨੇ ਦਿਨਾਂ ਬਾਅਦ ਹੋ ਹੀ ਗਏ, 12 ਕੁ ਦਿਨਾਂ ਬਾਅਦ ਅੱਜ ਆਪਣੀ ਗੱਡੀ ਮਿਲਣੀ ਆਪਾਂ ਨੂੰ ਵਾਪਸ। ਅਤੇ ਉਹਦੇ ਵਿੱਚ ਵੀ ਨਾ ਫੋਗ ਲੈਂਪ ਦੇ ਅਜੇ ਕਵਰ ਹੀ ਨਹੀਂ ਮਿਲਣ ਦੇ, ਔਡਰ ਕੀਤੇ ਵੀ ਨੇ। ਬਾਕੀ ਭਰਾ ਨੂੰ ਵੀ ਆਖਿਆ ਬਾਹਰ ਜੇ ਵੀ ਉੱਥੋਂ ਕੁਰੀਅਰ ਕਰਦੇ, ਉਹ ਵੀ ਹਜੇ ਟਰੱਕ 'ਤੇ ਆਉਂਦਾ ਵੀ ਮੇਰੇ 2-3 ਦਿਨ ਲੱਗ ਜਾਣੇ ਨੇ, ਅਜੇ ਵੀ ਰਾਤੀ ਕੀਤਾ ਸੀ ਫੋਨ। ਇੱਕ ਦਿਨ ਸਾਡੀ ਆ ਟੂਮ ਹੈ ਚੌਖੀ ਤਗੜੀ ਹੈ, ਕਦੀ ਆਉਂਦਾ ਮੈਂ ਇੱਥੇ ਹਾਂ, ਕਦੀ ਆਉਂਦਾ ਮੈਂ ਇੱਥੇ ਹਾਂ। ਹੁਣ ਗੱਡੀ 'ਚੋਂ ਹੀ ਨਹੀਂ ਉਤਰਨ ਦਿਆ, ਆ ਵੇਖਿਆ ਜਾਣ ਹੁਣ ਫੋਨ ਕਰਾਂਗਾ। ਓ ਸ਼ੁਕਰ ਹੈ ਉੱਤਰ ਗਿਆ। ਵੈਸੇ ਕੀ ਖਾ ਕੇ ਜੰਮਿਆ ਸੀ ਤੈਨੂੰ? ਭਰਾਵਾ ਬੂਆ ਕੋਲ ਬੂਆ ਨੀ ਹੈਗਾ ਹੈ ਓਏ, ਕੀ ਖਾ ਕੇ ਜੰਮਿਆ ਸੀ ਤੈਨੂੰ? ਐਡੀ ਵੱਖਰੀ ਟੂਮ ਕਿੱਥੋਂ ਹੈ ਓਏ, ਕਿੱਥੋਂ ਟੱਕਰੀ ਹੈ ਤੂੰ? ਬਾਹਲੀ ਤਗੜੀ ਆਈਟਮ ਹੈ ਸਾਲੀ। ਭਾਜੀ ਕਿੱਥੋਂ ਤੱਕ ਚੱਲਦੇ ਨੇ ਤੁਹਾਡੇ ਵਲੌਗ? ਦੋ ਘੰਟੇ ਕਿਤੇ, 9 ਵਜੇ ਫੋਨ ਕਰੋ, 9, 10, 11, 12, 1 ਚਾਰ ਘੰਟੇ ਪਹਿਲਾਂ ਤੇ ਕੁੜੀਆਂ ਕੋਲ ਪਿਸਟਿਕਾਂ ਪੁਸਟਿਕਾਂ ਲਾਉਂਦਾ, ਫਿਰ ਉਹਨਾਂ ਨੂੰ ਲਾਉਂਦਾ, ਪਤਾ ਨੀ ਸਾਲਾ ਕੀ ਲੱਛਣ ਜੇ ਕਰਦਾ। ਵੈਕਸ ਕਰਾਈ ਸੀ ਤੂੰ ਕਿਵੇਂ ਦੀ ਹੋਈ ਸੀ? ਬਾਕੀ ਆ ਗਿਆ ਉਹਦਾ ਫੋਨ ਭਾਜੀ ਦਾ, ਗੱਡੀ ਦੀਆਂ ਨੇ ਫੋਟੋਆਂ ਘੱਲੀਆਂ ਨੇ, ਤੈਨੂੰ ਫੋਟੋਆਂ ਵਿਖਾਉਣਾ ਇੱਕ ਵਾਰੀ, ਵੇਖੀ ਤੂੰ 50 ਕੱਢ ਦਿੱਤੀਆਂ ਹੁਣ। ਲਓ ਵੀ ਮਿੱਤਰੋ ਆਪਣੇ ਨਾਲ ਇੱਕ ਹੋ ਗਈ ਕਲੋਲ, ਬਾਹਲੀ ਤਗੜੀ ਹੋ ਗਈ ਹੁਣ, ਕੀ ਦੱਸੀਏ ਬਾਅਦ 'ਚ ਹੀ ਦੱਸਦੇ ਹਾਂ। ਪਹਿਲਾਂ ਤੁਸੀਂ ਆਪਣੇ ਮਨਰਾਜ ਭਈਆ ਨਾਲ ਮਿਲੋ। ਭਈਆ ਜੀ ਕੀ ਹਾਲ ਚਾਲ ਨੇ ਤੁਹਾਡੇ? ਤੁਸੀਂ ਜਿੱਦਾਂ ਕਿ ਸਾਲ ਕੁ ਪਹਿਲਾਂ ਕਲਿੱਪ ਦੇ ਵਿੱਚ ਹੂੰ ਹੂੰ ਕਰਦੇ ਸੋ, ਕਈਆਂ ਨੇ ਪਛਾਣ ਲੈਣਾ, ਕਈਆਂ ਨੇ ਨਹੀਂ ਵੀ ਪਛਾਣਨਾ, ਹਜੇ ਵੀ ਕਰਦੇ ਹੋ? ਇਹ ਸਾਡਾ ਸਾਇਲੈਂਟ ਬੋਏ ਵੇ, ਮਤਲਬ ਵੀਡੀਓ ਦੇ ਵਿੱਚ ਨਹੀਂ ਬੋਲਦਾ, ਉਵੇਂ ਜੇ ਕਿਸੇ ਨੂੰ ਵਹਿਮ ਹੋਵੇ ਤੇ ਆ ਕੇ ਇਹਨੂੰ ਮਿਲਿਆ, ਜੇ ਚੰਗੀ ਤਰ੍ਹਾਂ ਸਭ ਕੁਛ ਬੋਲ ਕੇ ਐਨ ਟਿਪ ਟੋਪ ਤਰ੍ਹਾਂ ਦੱਸੇਗਾ। ਅਸੀਂ ਥਾਰ ਲਾਈ ਸੀ, ਮੈਂ ਕਿਹਾ ਧਵਾ ਦਈਏ, ਆਏ ਹਾਂ 7 ਸੈਕਟਰ ਵੱਲ, ਅਤੇ ਮੈਂ ਕਿਹਾ ਥਾਰ ਧਵਾ ਦਈਏ, ਚੌਕੀ ਲਿਬੜੀ ਸਾਰੇ ਭਰਾ ਆਉਂਦੇ ਹਨ, ਗੱਡੀ ਦਾ ਕੀ ਹਾਲ ਬਣਾਇਆ। ਮੈਂ ਕਿਹਾ ਪਹਿਲਾਂ ਆਪਾਂ ਥਾਰ ਹੀ ਅੱਜ ਨਾ ਧਵਾਈਏ, ਥਾਰ ਧਵਾ ਕੇ ਅਤੇ ਬਾਹਰ ਨਿਕਲੇ ਹਾਂ। ਭਾਜੀ ਨੂੰ ਕੀਤਾ ਫੋਨ ਮੈਂ, ਭਾਜੀ ਅਸੀਂ ਆਉਂਦੇ ਪਏ ਹਾਂ, ਗੱਡੀ ਦੇ ਦਿਓ ਸਾਨੂੰ, ਫਿਰ 5-6 ਵੱਜ ਜਾਣੇ ਨੇ, ਫਿਰ ਤੁਸੀਂ ਕਹਿਣਾ ਟਾਈਮ ਜ਼ਿਆਦਾ ਹੋ ਗਿਆ। ਅਤੇ ਭਾਜੀ ਅੱਗੋਂ ਆਉਂਦੇ ਨੇ, ਮੈਂ ਆਉਣਾ ਠੀਕ ਹੋ ਨਹੀਂਗਾ, ਐਵੇਂ ਮੈਨੂੰ ਬਾਹਲਾ ਅਰਜੈਂਟ ਕੰਮ ਪੈ ਗਿਆ, ਵੀ ਮੈਨੂੰ ਜਾਣਾ ਪੈ ਗਿਆ, ਐਵੇਂ ਬਹੁਤ ਅਰਜੈਂਟ ਕੰਮ ਆ। ਮੈਂ ਚਲੋ ਕੋਈ ਗੱਲ ਨਹੀਂ ਭਾਜੀ, ਹੁਣ ਫਿਰ ਕੀ ਕਹਿ ਸਕਦੇ ਹਾਂ ਨਾ,
ਭਾਜੀ ਵੀ ਵਲੋਗ ਵੇਖਣਗੇ, ਭਾਜੀ ਤੁਹਾਨੂੰ ਕੀ ਕਹਿ ਸਕਦੇ ਆ, ਕੁਛ ਕਹਿ ਹੀ ਨਹੀਂ ਸਕਦੇ। ਸੋ ਹੁਣ ਚੱਲਦੇ ਹਾਂ 7 sector, ਹੋਰ ਵੀ ਭਰਾਵਾਂ ਭਰੂਵਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਹੁਣ ਥੋੜ੍ਹੀ ਜਿਹੀ ਲੇਟ ਆਏਗੀ ਗੱਡੀ ਆਪਣੀ, ਕੱਲ੍ਹ ਤੱਕ ਆਏਗੀ ਵੀਡੀਓ, ਅਤੇ ਆਪਾਂ ਇਸੇ ਵਲੋਗ 'ਚ ਕੰਟੀਨਿਊ ਕਰਾਂਗੇ ਉਹਨੂੰ ਵੀ ਸਵੇਰੇ ਉੱਠ ਕੇ, ਅਤੇ ਮਨਰਾਜ ਫੋਨ ਕਰਦੇ ਫਿਰ ਇੱਕ ਜੀ। ਗੁੱਡ ਮੋਰਨਿੰਗ ਸਾਰਿਆਂ ਨੂੰ, ਹੋਰ ਸਾਰੇ ਕਿੱਦਾਂ, ਠੀਕ ਠਾਕ ਹੋ? ਸੋ ਕੱਲ੍ਹ ਜਿਵੇਂ ਤੁਸੀਂ ਲਾਸਟ ਕਲਿੱਪ 'ਚ ਵੇਖਿਆ ਸੀ, ਭਾਜੀ ਦਾ ਫੋਨ ਆ ਗਿਆ ਸੀ ਕਿ ਅੱਜ ਮੈਨੂੰ ਜਾਣਾ ਪੈ ਗਿਆ ਕਿਤੇ, ਵੀ ਅੱਜ ਗੱਡੀ ਨਹੀਂ ਐਵੇਂ ਦੇ ਸਕਦਾ ਸਵੇਰੇ ਆਈ। ਸੋ ਹੁਣ ਚੱਲੇ ਹਾਂ, ਬਸ ਪਹਿਲਾਂ ਮੈਂ ਭਾਜੀ ਨੂੰ ਵੀ ਫੋਨ ਕੀਤਾ, ਤਾਂ ਕੋਈ ਗੱਲ ਨਹੀਂ, ਅੱਜ ਤਾਂ ਜਦੋਂ ਮਰਜ਼ੀ ਆ ਜਾ, ਅੱਜ ਤਾਂ ਤੈਨੂੰ ਗੱਡੀ ਦੇਖ ਕੇ ਹੀ ਵਾਪਸ ਤੋਰਾਂਗੇ। ਸੋ ਹੁਣ ਨਿਕਲੀਏ, ਮੈਂ ਕਿਹਾ ਘਰੋਂ ਬਾਹਰ, ਅਤੇ ਚੱਕੀਏ ਪਹਿਲਾਂ ਰਘੂ ਨੂੰ, ਫਿਰ ਬਹਿੰਦੇ ਹਾਂ ਇੱਕ ਦੋ ਕੰਮ ਨੇ ਉਹ ਕਰ ਲਈਏ, ਫਿਰ ਜਾਂਦੇ ਹਾਂ ਗੱਡੀ ਲੈਣ, ਅਤੇ ਅੱਜ ਤੁਹਾਨੂੰ ਫਾਈਨਲੀ ਆਪਾਂ ਗੱਡੀ ਦੀ ਲੁੱਕ ਵਿਖਾ ਦੇਣੀ ਹੈ। ਸਾਰਿਆਂ ਨੂੰ ਪਸੰਦ ਆਏਗੀ ਇੰਨਾ ਸਾਨੂੰ ਪਤਾ, ਕਿਉਂਕਿ ਬਾਕੀ ਜਿਵੇਂ ਫੋਟੋਆਂ 'ਚ ਵੇਖੀਏ, ਬਾਕੀ ਫੋਟੋਆਂ ਦੇ ਵਿੱਚ ਤਾਂ ਉਹ ਗੱਲ ਨਹੀਂ ਬਣਦੀ ਹੁੰਦੀ ਜੋ ਰੀਅਲ ਦੇ ਵਿੱਚ ਗੱਡੀ ਹੁੰਦੀ ਹੈ, ਬਾਕੀ ਫਿਰ ਵੀ ਦੱਸਿਆ ਜੇ ਕਮੈਂਟ ਕਰਕੇ ਜਿਵੇਂ ਦੀ ਵੀ ਲੱਗੇਗੀ। ਸੋ ਕੱਢ ਲਈ ਗੱਡੀ ਆਪਾਂ ਘਰੋਂ ਬਾਹਰ, ਅਤੇ ਵੀ ਕੱਲ੍ਹ ਹੀ ਅਜੇ ਧਵਾਈ ਸੀ, ਐਂਡ ਲਸ਼ਕਾਈ ਪਈ ਅਜੇ ਤੱਕ, ਅਤੇ ਬਾਕੀ ਸ਼ਾਮ ਤੱਕ ਇਹਨੇ ਫਿਰ ਲਿੱਬੜ ਲੁੱਬੜ ਜਾਣਾ, ਕੱਪੜਾ ਕੁੱਪੜਾ ਮਾਰਿਆ ਸੀ ਅਜੇ ਤਾਂ ਮਾੜਾ ਮੋਟਾ ਬਾਹਰੋਂ। ਕਾਲੇ ਰੰਗ ਦਾ ਬਾਹਲੀ ਦਿੱਕਤ ਹੈ ਯਾਰ, ਸਾਫ ਸੂਫ ਰੱਖਣ ਦੀ ਨਾ ਬਹੁਤ ਜ਼ਿਆਦਾ ਦਿੱਕਤ ਹੈ ਕਾਲੇ ਰੰਗ ਦੀ ਤਾਂ। ਹੈਲੋ ਭਾਈ, ਸਤਿ ਸ਼੍ਰੀ ਅਕਾਲ, ਠੀਕ ਹੋ? ਹੈ ਉੱਠੇ ਨੀ ਤੁਸੀਂ? ਹੈਲੋ ਹੈਲੋ, ਮੈਂ ਭਾਈ ਸਤਿ ਸ਼੍ਰੀ ਅਕਾਲ, ਠੀਕ ਹੋ? ਉੱਠੇ ਨੀ ਤੁਸੀਂ? ਉਹ ਯਾਰ ਫੋਨ ਆ ਗਿਆ ਭਾਜੀ ਦਾ, ਆਉਂਦਾ ਐਮੀ ਆ ਜਾ ਗੱਡੀ ਤਾਂ ਲੈ ਜਾ, ਭਾਜੀ ਆਉਂਦੇ ਹਨ ਰਘੂ ਨੂੰ ਨਾਲ ਲੈ ਕੇ ਆਈ, ਉਵੇਂ ਗੱਡੀ ਨੀ ਦੇਣੀ ਮੈਂ। ਹਾਂ ਉੱਠ ਜਾ ਹੁਣ, ਨਾਲੇ ਹੈਪੀ ਬਰਥਡੇ ਬ੍ਰੋ, ਰਾਤੀ ਫਿਰ ਪਾਈ ਸੀ ਸਟੋਰੀ, ਅੱਜ ਬਹੁਤ ਵੱਡਾ ਦਿਨ ਹੈ ਮੇਰੇ ਵੀਰ ਲਈ, ਵੇਖੀ ਤੈਨੂੰ। ਹੈਲੋ, ਮੈਂ ਕਿਹਾ ਬਹੁਤ ਵੱਡਾ ਦਿਨ ਹੈ ਅੱਜ ਤੇ ਭਰਾ ਲਈ, ਅੱਜ ਤਾਂ ਫਿਰ ਪਾਰਟੀ ਖੁੱਲੀ ਚੱਲਣੀ ਹੈ ਤੇਰੇ ਵੱਲੋਂ। ਕੀ ਉੱਚੀ ਬੋਲ ਲੈ, ਚੱਲ ਉੱਠ ਜਾ ਛੇ ਛੇ ਦੀ ਫੋਨ ਕਰ ਫਿਰ, ਆਹ ਸਾਰੀ ਚੀਜ਼ ਰਿਕਾਰਡ ਹੋ ਗਈ ਤੇਰੀ ਵਲੌਗ ਦੇ ਵਿੱਚ। ਕੀ ਹੋਇਆ ਸੀ? ਚੱਲ ਕੋਈ ਨੀ, ਉੱਠ ਜਾ ਉੱਠ ਜਾ। ਲਓ ਜੀ ਫਾਈਨਲੀ ਹੁਣ ਆਪਾਂ ਨਿਕਲ ਗਏ ਹਾਂ ਗੱਡੀ ਨੂੰ ਲੈਣ ਵਾਸਤੇ, ਤੇ ਗਰਾਰੀ ਇੱਥੇ ਅੜ ਜਾਂਦੀ, ਗਾਲਾ ਗੁਲਾ ਖਾ ਕੇ ਬਹਿ ਗਏ ਹਾਂ ਸੁੱਖ ਸ਼ਾਂਤ। ਕਿੰਨੇ ਕੋਲੋਂ ਗਾਲਾ ਖਾਦੀਆਂ ਸੀ? 20 ਮਿਸ ਕੋਲਾ ਯਾਰ, ਮੈਂ ਸੰਧੋ ਤੁਰ ਲੱਗੇ ਇਸ ਬੰਦੇ ਨੂੰ ਫੋਨ ਕੀਤਾ ਕਿ ਘਰ ਅੱਗੇ ਆਇਆ ਮੋਟਰਸਾਈਕਲ ਲੈ ਕੇ, ਮੈਂ ਸੰਧ ਤੋਂ ਘਰ ਆ ਗਿਆ ਵਾਂ, ਇਹ ਪਿਓਨ ਤੋਂ ਨਹੀਂ ਆਇਆ। ਹੁਣ ਜਿਨ੍ਹਾਂ ਨੂੰ ਪਤਾ ਹੋਣਾ ਕਿੰਨਾ ਕੁ ਡਿਫਰੈਂਸ ਹੈ, ਕਿੰਨੇ ਕਿਲੋਮੀਟਰ ਹੈ, ਉਹ ਤਾਂ ਸਮਝ ਜਾਣਗੇ। ਆਹ ਮੁੰਡਾ ਸਾਡੇ ਵਿੱਚ ਥੋੜ੍ਹਾ ਹੋਰ ਟਾਈਪ ਦਾ, ਇਹ ਵਿਚਾਰਾ ਬੋਲ ਨਹੀਂ ਸਕਦਾ, ਦੰਦ ਕੱਢਣ ਦੇ ਪਿੱਛੇ ਬੋਲ ਨਹੀਂ ਸਕਦਾ। ਕੀ ਆਉਂਦੇ ਨੇ ਇਹਨਾਂ ਨੂੰ, ਕੀ ਹੁੰਦੇ ਨੇ ਜਿਹੜੇ ਬੋਲ ਨਹੀਂ ਸਕਦੇ ਹੁੰਦੇ ਯਾਰ, ਉਹਨਾਂ ਨੂੰ ਗੁੰਗਾ, ਇਹ ਮੁੰਡਾ ਗੁੰਗਾ, ਓਏ ਫੋਨ ਕਰਕੇ ਦਿਖਾਈ। ਇਹ ਮਨਰਾਜ ਦੀ ਕਾਪੀ ਹੈ, ਜਿਵੇਂ ਤੁਸੀਂ ਪਹਿਲਾਂ ਵੇਖਿਆ ਨਾ ਦੂਜੀ ਕਲਿੱਪ 'ਚ, ਮਨਰਾਜ ਹੂੰ ਹੂੰ ਕਰਦਾ ਉਵੇਂ ਹੀ ਇਹ ਵੇ। ਅਤੇ ਇੱਕ ਹੋਰ ਬੜੀ ਵੱਡੀ ਖੁਸ਼ਖਬਰੀ ਦੀ ਗੱਲ ਹੈ, ਸਾਡੇ ਫੋਕਲੈਂਪ ਦੇ ਕਵਰ ਆ ਚੁੱਕੇ ਨੇ, ਅਤੇ ਤੁਹਾਨੂੰ ਮੈਂ ਇੱਕ ਐਪਲੀਕੇਸ਼ਨ ਵੀ ਦੱਸਾਂਗਾ, ਜੇ ਗੱਡੀ ਦਾ ਨਾ ਕੋਈ ਵੀ ਤੁਸੀਂ ਸਮਾਨ ਵਗੈਰਾ ਮੰਗਾਉਣਾ ਹੋਏ,
ਮੈਂ ਪਰਸੋਂ ਰਾਤ ਨੂੰ ਆਰਡਰ ਦਿੱਤਾ ਸੀ, ਬਾਕੀ ਸੀ ਓ ਡੀ ਨੀ ਮਿਲਦੀ ਓਹਦੇ ਤੇ, ਪਰਸੋਂ ਰਾਤ ਨੂੰ ਆਰਡਰ ਦਿੱਤਾ ਸੀ ਤੇ ਅੱਜ ਵੇਖ ਲਓ ਆ ਵੀ ਗਏ ਨੇ। ਸੋ ਫਾਈਨਲੀ ਆ ਗਏ ਆਪਾਂ ਭਾਜੀ ਕੋਲ। ਰਘੂ ਕਰੀਏ ਚੈੱਕ ਗੱਡੀ, ਗੱਡੀ ਵਿਖਾ ਦਈਏ ਪਹਿਲਾਂ ਹੀ ਕਿ ਬਾਅਦ ਚ ਵਿਖਾਈਏ? ਇੱਕ ਰਾਂ ਖੋਲਣੇ ਆ ਫਿਰ ਰਿਮੋਟ ਨਾਲ। ਤੂੰ ਸਾਲੇ ਅੰਦਰ ਹੀ ਲੁਕਿਆ, ਕਿਹੜੇ ਖੋਜੇ ਲੱਗੇ ਆ? ਗੱਡੀ ਵਿਖਾ ਦਈਏ ਹੋਣੀ ਕਿ ਰਹਿਣ ਦੀ ਅਜੇ ਹੈ ਓਏ ਆਨੇ ਆ ਵੇਖੋ ਇਹਦੇ ਥੱਲੇ ਵੇ ਗੱਡੀ ਆਪਣੀ। ਹਾਂ ਕਵਰ ਵੀ ਅਸੀਂ ਨਵਾਂ ਲਿਆਂਦਾ ਸੀ ਹਨਾ ਕਿ ਨਹੀਂ ਓਏ? ਰਘੂ ਲਾ ਦੇ ਕਵਰ ਫਿਰ ਹੈ ਭਾਜੀ, ਸਸਪੈਂਸ ਬਣਾਈਏ ਕਿ ਵਿਖਾ ਦਈਏ? ਲਓ ਫਿਰ ਚੰਗੀ ਤਰ੍ਹਾਂ ਵਿਖਾਉਂਦੇ ਐਨ ਚੰਗੀ ਤਰ੍ਹਾਂ। ਆ ਚੱਕੋ ਭੈਣ ਚੋ ਹੁਣ ਪਿੱਛੇ ਜਾਣ ਦਾ ਤੇ ਸਾਡੇ ਕੋਲ ਉਹ ਸਾਰਾ ਰਿਹਾ ਨੀ। ਆ ਵੇਖੋ ਅੰਦਰੋਂ ਸਾਰਾ ਬੀ ਐਮ ਭਾਜੀ, ਬਸ ਇੱਕ ਡਬਲਿਊ ਵੀ ਲਾਓ ਅੱਗੇ ਯਾਰ। ਯਾਰਾ ਜਿਹੜੇ ਕਵਰ ਨੇ ਨਾ ਬਾਲੇ ਔਖੇ ਮੰਗਾਏ ਨੇ। ਆ ਵੇਖੋ ਵਿੱਚੋਂ ਭਰਾ ਦਿਸਦਾ ਕਿ ਨਹੀਂ ਵਿੱਚ ਪੂਰਾ ਬੈਠਾ? ਹਨਾ ਮੈਂ ਨਾ ਇੱਥੋਂ ਦੀਆਂ ਕਲਿੱਪਾਂ ਆਈਆਂ ਹਨ ਆਪਣੇ ਕੋਲ ਪਹਿਲਾਂ, ਲਾਈਟਾਂ ਸ਼ਾਟਾਂ ਪੂਰੀਆਂ ਐਨ ਉੱਤੇ ਥੱਲੇ। ਰਘੂ ਤੈਨੂੰ ਗਰਮੀ, ਇਹਨੂੰ ਕੰਮ ਸਿਖਾਉਣਾ ਭਾਜੀ, ਆ ਸਹੀ ਕੀਤਾ ਤੁਸੀਂ ਪੱਖਾ ਲਵਾ ਤਾ, ਇਹਨੂੰ ਗਰਮੀ ਬੜੀ ਲੱਗਦੀ। ਮੁੰਡਿਆ ਹੱਸਦਾ ਬਹੁਤ ਸੋਹਣਾ ਲੱਗਦਾ ਹੁਣ। ਆਪਣਾ ਇੱਕ ਭਰਾ ਬਹੁਤ ਸਮਿਆਂ ਬਾਅਦ ਮਿਲਿਆ, ਬਹੁਤ ਸਮੇਂ ਦੀਆਂ ਅਭਿਲਾਸ਼ਾਂ ਸਾਡੀਆਂ, ਸੁਪਨੇ ਵਾਹ 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 ਕੀ ਮੇਰੇ, ਕੀ ਕੁਛ ਨਹੀਂ ਸੀ ਤੈਨੂੰ ਮਿਲਣ ਨੂੰ, ਇਹਨਾਂ ਅੱਖੀਆਂ ਨੂੰ ਦੀਦਾਰ ਹੋਇਆ ਜਿਹੜੀ ਤੁਸੀਂ ਗੱਲ ਆਖੀ ਹੈ ਨਾ। ਹਾਏ ਹਾਏ ਰਿਤਿਆ ਕੀ ਹਾਲ ਨੇ ਭਰਾਓ? ਠੀਕ ਹੈ ਵਧੀਆ, ਬੜੇ ਟਾਈਮਾਂ ਬਾਅਦ ਮਿਲਿਆ, ਅੱਜ ਸਾਰੇ ਭਰਾ ਹੀ ਮਿਲੇ ਨੇ ਯਾਰ, ਅੱਜ ਤਾਂ ਸਾਰੇ ਭਰਾ, ਅੱਜ ਪੰਡਤ ਹਰੀ ਸਾਹਿਬ ਵੀ ਹੈਰੀ ਮੌਲਾ ਆਪਣਾ ਸਾਰੇ ਭਰਾ ਮਿਲੇ ਨੇ ਅੱਜ ਦੇ, ਅੱਜ ਉਹ ਤਾਂ ਹੀ ਆਪਾਂ ਗੱਡੀ ਵੀ ਖੜੀ ਸੀ ਤੇ ਹੁਣ ਹੀ ਚੁੱਕੀ ਲਿਆ ਗਏ, ਕੋਈ ਬਾਹਰ ਦੀ ਵੀਡੀਓ ਵੀ ਨਹੀਂ ਬਣਾਈ, ਉਹ ਵੀ ਸਗੋਂ ਰਹਿ ਗਈਆਂ ਨੇ, ਨਾਲੇ ਥੋੜਾ ਬਹੁਤਾ ਸਮਾਨ ਸਮੂਨ ਲਿਆਉਣਾ ਸੀ ਗੱਡੀ ਦਾ ਜਿਵੇਂ ਵੈਸੇ, ਤੇ ਉਹ ਹੁਣ ਅਗਲੇ ਵਲੋਗ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਇਹਦੇ ਵਿੱਚ ਨਹੀਂ ਗਾ। ਤੇ ਹੋਰ ਰਿਤਿਕ ਨਾਲ ਕਰਦੇ ਹਾਂ ਆਪਾਂ ਗੱਲਬਾਤ, ਸ਼ਾਹ ਜੀ ਕਾਇਮ ਹੋ? ਮੈਂ ਤਾਂ ਕਾਇਮ ਹੀ ਰਹਿੰਦਾ ਤੁਹਾਨੂੰ ਪਤਾ ਹੀ ਹੈ, ਇਹ ਤਾਂ ਭੈਣ ਚੋ ਕਾਇਮ ਹੀ ਰਹਿੰਦਾ, ਚੌਖਾ ਹੀ ਕਾਇਮ ਰਹਿੰਦਾ ਕਈ ਯਾਰ, ਚੌਖਾ ਕਾਇਮ ਹੈ ਠੀਕ ਠੀਕ ਹੈ? ਨਾ ਨਾ ਚੌਖਾ ਫਿਰ ਠੀਕ ਠੀਕ ਚ ਮੇਰੀ ਗੱਲ ਨੀ ਬਣਦੀ। ਹਾਂ ਬਾਕੀ ਗੱਲਾਂ ਛੱਡ ਬਾਈ, ਗੱਡੀ ਕਿਵੇਂ ਦੀ ਲੱਗ ਰਹੀ? ਗੱਡੀ ਚੋ ਮੈਂ ਕਹਿੰਦਾ ਵਧੀਆ, ਮਲਾਈ ਕੋਈ ਰਹਿ ਗਈ ਕਸਰ? ਕੋਈ ਕਸਰ ਨੀ ਰਹਿ ਗਈ ਹੈ, ਵੇਲਾ ਜੇ ਕੋਈ ਰਹਿ ਗਈ ਤੇ ਨਾ ਨਾ ਕੋਈ ਕਸਰ। ਹੁਣ ਪੱਕੀ ਡਿਊਟੀ ਹੈ ਰਘੂ ਦੀ, ਸਵੇਰੇ ਆ ਕੇ 4-5 ਦਿਨ ਕੱਪੜਾ ਮਾਰਨ ਦੀ ਹੈਗੀ ਹੈ ਨਾ, ਪੱਕੀ ਡਿਊਟੀ ਹੈ ਰਘੂ ਕੀ? ਰਘੂ ਭੈਣ ਚੋ ਤੇਰੀ ਗੱਡੀ ਮੇਰੀ ਗੱਡੀ ਅੰਤਰ ਹੈ ਤੇ ਦੱਸ ਦੇ। ਅੰਤਰ ਤੇ ਕੋਈ ਨਹੀਂ ਹੈਗਾ, ਫੇਰ ਉਹ ਚਲਾ ਛੱਡ, ਤੂੰ ਨਹੀਂ ਚਲਾਉਂਦਾ ਗੱਡੀ ਹੈ ਯਾਰ? ਨਹੀਂ ਚਲਾਈ ਦੀ ਆ ਫੇਰ ਕੋਈ ਨਾ, ਮੈਂ ਵੀ ਚਲਾਈ ਤੇ ਹੁਣ ਨਾ ਇਸ ਤੋਂ ਬਾਅਦ ਥੋੜੀ ਦੇਰ ਤੱਕ ਇੱਕ ਕਲਿੱਪ ਬਣਾਵਾਂਗੇ ਛੋਟੀ ਜੀ, ਪਿੰਡ ਪਹੁੰਚ ਗਏ ਤੇ ਉਹ ਵੇਖਿਆ ਜੇ ਉਹ ਦੱਸਿਆ ਤੁਹਾਨੂੰ ਕਿਵੇਂ ਦੀ ਲੱਗਦੀ ਹੈ। ਬਾਕੀ ਰਿਤਿਕ ਤੇ ਆਪਣੀ ਜਾਣ ਏ,
ਹੁਣ ਵੇਖਿਆ ਰਿਤਿਕ ਮੇਰਾ ਪੁਰਾਣਾ ਟੈਂਕੀ ਫੁੱਲ ਕਰਾ ਦੇਣੀ ਹੈ, ਪੰਪ ਆ ਗਿਆ ਸਾਹਮਣੇ, ਬਿਲਕੁਲ ਜੀ ਬਿਲਕੁਲ, ਟੈਂਕੀ ਫੁੱਲ ਡੱਬਾ ਖਾਲੀ, ਮੈਂ ਕਹਿੰਦਾ ਭੈਣ ਚੋ ਭਰਾ ਦੇਣੀ ਹੈ ਪੂਰੀ। ਲੋ ਜੀ ਫਾਈਨਲੀ ਤੁਹਾਨੂੰ ਫਾਈਨਲ ਟੱਚ ਵਿਖਾਉਣ ਲੱਗੇ ਅੱਜ ਦੇ ਦਿਨ ਦਾ, ਜੋ ਕਿ ਅਸੀਂ ਬੜੇ ਟਾਈਮ ਦਾ ਸੋਚਿਆ ਸੀ, ਕਰੂਜ਼ ਹੋ ਕੇ ਆਏਗੀ, ਆਹ ਵੇਖੋ ਲਾਈਟਾਂ ਵੱਜਦੇ ਦਿਸਦੀਆਂ ਨੇ, ਤੇ ਹੁਣ ਰਘੂ ਵਿਖਾਏਗਾ ਤੁਹਾਨੂੰ। ਓ ਹੋ ਕਹਿੰਦੇ ਗੱਡੀ ਉਹ ਰੱਖੀ, ਓ ਹੋ ਇਹ ਤਾਂ ਕੁਛ ਅੱਥਰੀ ਵੀ ਚੀਜ਼ ਬਣਾ ਦਿੱਤੀ ਐਦ ਕੀ। ਦੱਸ ਫਿਰ ਐਮੀ ਤੈਨੂੰ ਕਿਵੇਂ ਦੀ ਲੱਗੀ, ਦੱਸੋ ਫਿਰ ਸਾਰੇ ਭਰਾ ਹੁਣ ਕਮੈਂਟ ਕਰਕੇ ਸਾਨੂੰ ਤੇ ਸਿਰਾ ਲੱਗੀ, ਆਹ ਚੀਜ਼ ਦੱਸਿਆ ਜੇ ਜੋ ਤੁਹਾਨੂੰ ਅੱਜ ਐਂਡ ਚ ਵਿਖਾਈ ਹੈ ਨਾ, ਆਹ ਚੀਜ਼ ਦੱਸੋ ਕਿਵੇਂ ਦੀ ਲੱਗੀ। ਇਹ ਤਾਂ ਅੱਜ ਤੱਕ ਨੀ ਕਿਸੇ ਤੇ ਵੇਖੀ ਯਾਰ, ਚਲੋ ਕਿਸੇ ਭਰਾ ਨੇ ਕੀਤੀ ਵੀ ਹੋਏਗੀ ਆਪਾਂ ਨੀ ਕਹਿੰਦੇ, ਪਰ ਯਾਰ ਸਾਡੇ ਜੀ ਨੀ ਰੱਬ ਨੇ ਸਾਰਾ ਦਿਮਾਗ ਮਾਰਤਾ। ਪਰ ਯਾਰ ਜੱਜ ਕੇ ਦੱਸੋ ਹੁਣ ਤੁਸੀਂ ਆਹ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਆਹ ਕਿਵੇਂ ਦੀ ਲੱਗੀ ਹੈ ਲਾਸਟ ਵਾਲੀ ਕਲਿੱਪ ਕੀ ਚੀਜ਼ ਆ। ਬਾਕੀ ਹੁਣ ਅਨਮੋਲ ਨਾਲ ਬੁਲਾਉਂਦੇ ਆ ਤੁਹਾਨੂੰ, ਜਾਣਦੇ ਆ ਹੈ ਸਵੇਰੇ, ਹਾਂ ਗੱਡੀਆਂ ਗੁੱਡੀਆਂ ਲਾਤੀਆਂ ਨੇ ਅੰਦਰ, ਤੇ ਰਘੂ ਵਿਚਾਰਾ ਹੁਣ ਬੁਲਟ ਲੈ ਕੇ ਤੁਰ ਜਾਏਗਾ। ਓ ਮੇਰੇ ਵੀਰ ਨਾ ਨਾ ਹੋਰ ਅੱਗੇ ਹੋ ਜਾਣੀ ਸੀ ਨਹੀਂ ਹੁੰਦਾ, ਚੱਲ ਡਰਾਈਵਰ ਮੋੜ ਮੋਟਰਸਾਈਕਲ ਸਾਲਿਆ ਚਲਾ ਲਿਆ, ਤੈਨੂੰ ਤਾਂ ਚਲਾਉਣ ਨੂੰ ਦਿੱਤੀ ਹੈ, ਬਾਹਰ ਜਾ ਕੇ ਤਰਸਣਾ ਤੂੰ ਇਹਨਾਂ ਚੀਜ਼ਾਂ ਨੂੰ, ਬੋਲੇ ਓਏ ਨੰਬਰ ਦਿਸਣ ਦਿਆ ਆ ਵੇਖ ਮੋਟਰਸਾਈਕਲ ਦਾ ਚੰਗਾ ਬੇਟੇ, ਚੰਗਾ ਸਾਰਿਆਂ ਨੂੰ, ਟਾਟਾ ਬਾਏ ਬਾਏ।